ਕੋਰ ਕਮੇਟੀ ਜਿਹੜੀ ਦੇਖੋ, ਮੈਂ ਕਾਫੀ ਚਿਰ ਪਹਿਲਾਂ ਅਕਸਰ ਹੀ ਆਪਦੇ ਭਾਸ਼ਣਾਂ 'ਚ ਬੋਲਦਾ ਕਹਿੰਦਾ ਸੀਗਾ ਕਿ ਇੱਕ ਤਾਂ ਬਾਦਲ ਖਤਮ ਹੋ ਜਾਏਗਾ, ਕਿ ਬਾਦਲ ਦਾ ਕੋਈ ਵੀ ਵਿਅਕਤੀ ਨਹੀਂ ਜਿੱਤੇਗਾ ਉਹਨਾਂ ਦੇ ਸਮੇਂ 'ਚ। ਦੂਸਰਾ ਮੈਂ ਇਹ ਗੱਲ ਕਹਿੰਦਾ ਸੀ ਕਿ ਅਕਾਲੀ ਦਲ ਬਾਦਲ ਖਤਮ ਹੋ ਜਾਏਗਾ, ਨਵਾਂ ਅਕਾਲੀ ਦਲ ਬਣੇਗਾ। ਉਹ ਕਈ ਵਾਰੀ ਸਹਿ ਸੁਭਾਅ ਮੂੰਹ 'ਚੋਂ ਗੱਲ ਨਿਕਲੀ ਉਹ ਪੂਰੀ ਹੋ ਜਾਂਦੀ ਆ। ਹੁਣ ਉਸੇ ਤਰ੍ਹਾਂ ਦੀ ਇੱਕ ਕੰਮ ਚੱਲ ਪਿਆ, ਅਕਾਲੀ ਦਲ ਸਾਰਾ ਖੇਰੂ ਖੇਰੂ ਕਰਤਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ, ਇੱਕ ਆਪਦੇ ਕੁਰਸੀ ਦੇ ਮੋਹ ਪ੍ਰਤੀ। ਅਕਾਲੀ ਦਲ ਦੀ ਬੜੀ ਵੱਡੀ ਹੋਂਦ ਸੀ, ਅਕਾਲੀ ਦਲ ਦਾ ਬੜਾ ਵੱਡਾ ਵਿਰਸਾ ਸੀ, ਬੜੀ ਵੱਡੀ ਵਿਰਾਸਤ ਸੀ, ਕੇਵਲ ਅਤੇ ਕੇਵਲ ਪਰਿਵਾਰਵਾਦ ਦੀ ਖਾਤਰ। ਹੁਣ ਤੁਸੀਂ ਦੇਖੋ ਕਿ ਜਿਨ੍ਹਾਂ ਨੇ ਆਦੇਸ਼ ਪ੍ਰਤਾਪ ਸਿੰਘ ਕਹਿਰੋਂ, ਜਿਹੜਾ ਆਪਦਾ ਬਹਿਨੋਈ ਹੈ, ਉਹਨਾਂ ਨੂੰ ਪਾਰਟੀ 'ਚੋਂ ਕੱਢ ਦਿੱਤਾ ਗਿਆ, ਔਰ ਤੁਸੀਂ ਉਸ ਤੋਂ ਬਾਅਦ ਢੀਂਡਸਾ ਸਾਹਿਬ ਨੂੰ ਦੁਬਾਰੇ ਲੈ ਕੇ ਆਏ, ਮਿੰਨਤਾਂ ਕਰਕੇ ਸਹੁੰਆਂ ਖਾਧੀਆਂ, ਮਾਫੀਆਂ ਮੰਗੀਆਂ, ਫਿਰ ਉਹਨਾਂ ਨੂੰ ਕੱਢ ਦਿੱਤਾ ਗਿਆ। ਚੰਦੂ ਮਾਜਰਾ ਸਾਹਿਬ ਕੱਢ ਦਿੱਤੇ ਗਏ, ਮਲੂਕਾ ਸਾਹਿਬ ਫਾਰਗ ਹੋ ਗਏ ਨੇ, ਰੱਖੜਾ ਸਾਹਿਬ ਫਾਰਗ ਹੋ ਗਏ ਨੇ। ਹੁਣ ਯਾਰ ਤੁਸੀਂ ਕਹਿ ਰਹੇ ਹੋ ਇਕੱਲਾ ਬਾਦਲ ਅਕਾਲੀ ਦਲ ਹੈ, ਸੋ ਮੇਰੇ ਕਹਿਣ ਦਾ ਮਤਲਬ ਮੁਕੰਮਲ ਤੌਰ 'ਤੇ ਅਕਾਲੀ ਦਲ ਖਤਮ ਹੈ। ਹੁਣ ਕਿੰਨਾ ਦੇਰ ਇਹ ਸਰਵਾਈਵ ਸਰਦਾਰ ਸੁਖਬੀਰ ਸਿੰਘ ਬਾਦਲ, ਕਿਉਂਕਿ ਇਕੱਲੇ ਹੀ ਪ੍ਰਧਾਨ ਨੇ, ਆਪਦੀ ਮਰਜ਼ੀ ਨਾਲ ਕੁਰਸੀ 'ਤੇ ਉਹਦੇ 'ਤੇ ਬੈਠੇ ਹੋਏ ਨੇ, ਹੋਰ ਕੋਈ ਬੰਦਾ ਤਾਂ ਮੇਰਾ ਖਿਆਲ ਰਿਹਾ ਨਹੀਂ। ਹੁਣ ਜਾਂ ਭੂੰਦੜ ਸਾਹਿਬ ਰਹਿ ਗਏ ਜਾਂ ਚੀਮਾ ਸਾਹਿਬ ਰਹਿ ਗਏ, ਉਹਨਾਂ ਦੇ ਵੀ ਆਪਦੀਆਂ ਨਿੱਜੀ ਚੀਜ਼ਾਂ ਹੈਗੀਆਂ, ਕਿਉਂਕਿ ਦੋ ਬੰਦੇ ਉੱਧਰ ਚਲੇ ਗਏ ਤਾਂ ਫਿਰ ਉਹਨਾਂ ਨੂੰ ਖੜ੍ਹਨਾ ਪੈਣਾ ਸੀ। ਅਦਰਵਾਈਜ਼ ਮੈਨੂੰ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਪ੍ਰਧਾਨਗੀ ਦੇ ਹੇਠਾਂ, ਹਾਲਾਂਕਿ ਮੈਨੂੰ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ, ਅੱਜ ਕੰਮ ਖੇਰੂੰ ਖੇਰੂੰ ਜਾ। ਦੇਖੋ, ਮੈਂ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਪਹਿਲਾਂ ਆਪਣੀ ਪੀੜ੍ਹੀ ਨੀਚੇ ਸੁੱਟਾ, ਫਿਰ ਕੀ ਤੁਹਾਡੀ ਪ੍ਰਧਾਨਗੀ ਕੋਈ ਕਾਂਗਰਸ 'ਚ ਮੰਨਦਾ? ਪ੍ਰਗਟ ਸਿੰਘ ਕਿਹੜੇ ਪਾਸੇ ਨੂੰ ਤੁਰੇ ਫਿਰਦੇ, ਆਸ਼ੂ ਜੀ ਕਿਹੜੇ ਪਾਸੇ ਨੂੰ ਤੁਰੇ ਫਿਰਦੇ, ਤੁਹਾਨੂੰ ਤਾਂ ਕੋਈ ਕਾਂਗਰਸ 'ਚ ਪ੍ਰਧਾਨ ਹੀ ਨਹੀਂ ਮੰਨਦਾ। ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਇੱਕ ਡੈਮੋਕ੍ਰੈਟਿਕਲੀ ਚੁਣਿਆ ਪ੍ਰਧਾਨ ਹੈ, ਤੁਹਾਡੇ ਵਾਂਗੂ ਚਿੱਠੀ ਦੇ ਵਿੱਚੋਂ ਨਹੀਂ ਨਿਕਲੇ ਕਿ ਦਿੱਲੀਓਂ ਚਿੱਠੀ ਆਈ ਰਾਜਾ ਵੜਿੰਗ ਪ੍ਰਧਾਨ ਤੇ ਕੱਲ ਨੂੰ ਸਵੇਰੇ ਦਿੱਲੀਓਂ ਚਿੱਠੀ ਆ ਜਾਣੀ ਰਾਜਾ ਵੜਿੰਗ ਫਾਰਗ। ਸੋ ਆਪਣੀ ਪਾਰਟੀ ਕਨੀ ਨਜ਼ਰ ਮਾਰੋ, ਕਿੰਨੇ ਲੀਡਰ ਤੁਹਾਡੀ ਪ੍ਰਧਾਨਗੀ 'ਚ ਸੀਨੀਅਰ ਪਾਰਟੀ ਛੱਡ ਕੇ ਚਲੇ ਗਏ, ਤੁਹਾਡੇ ਤਾਂ ਪ੍ਰਧਾਨ ਮੁੱਖ ਮੰਤਰੀ ਪਾਰਟੀ ਛੱਡ ਗਏ। ਤੁਸੀਂ ਸ਼੍ਰੋਮਣੀ ਅਕਾਲੀ ਦਲ 'ਤੇ ਸਵਾਲ ਕਰੋ, ਸ਼੍ਰੋਮਣੀ ਅਕਾਲੀ ਦਲ ਪੰਥ ਤੇ ਪੰਜਾਬ ਦੀ ਪਹਿਰੇਦਾਰ ਪਾਰਟੀ ਹੈ, ਔਰ ਸਾਰੀ ਪਾਰਟੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਨਾਲ ਇੱਕਜੁੱਟ ਖੜੀ ਹੈ। ਸੋ ਕਾਂਗਰਸ ਤੋਂ ਸਾਨੂੰ ਨਸੀਹਤਾਂ ਦੀ ਲੋੜ ਨਹੀਂ। ਜਿਹੜੇ ਤਿੰਨ ਚਾਰ ਲੀਡਰ ਜਿਹੜੇ ਅੱਜ ਪਾਰਟੀ ਦਾ ਹਿੱਸਾ ਵੀ ਹੈ ਨਹੀਂ, ਉਹਨਾਂ ਦੇ ਸਵਾਲ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਤੁਹਾਨੂੰ ਸਵਾਲ ਚੱਕਣ ਲਈ ਮਜਬੂਰ ਕਰ ਦੇਣ, ਤਾਂ ਮੈਨੂੰ ਲੱਗਦਾ ਕਿ ਤੁਹਾਨੂੰ ਬਿਹਤਰ ਹੈ ਕਿ ਪਹਿਲਾਂ ਆਪਣੀ ਪ੍ਰਧਾਨਗੀ ਕਨੀ ਧਿਆਨ ਦਿਓ, ਕਿਉਂਕਿ ਸਾਡੇ ਸੂਤਰ ਕਹਿੰਦੇ ਨੇ ਕਿ ਬਹੁਤ ਜਲਦੀ ਰਾਜਾ ਵੜਿੰਗ ਨੂੰ ਕਾਂਗਰਸ ਪ੍ਰਧਾਨਗੀ ਦੇ ਅਹੁਦੇ ਤੋਂ ਉਤਾਰਨ ਦੇ ਲਈ ਤਿਆਰ ਬਰ ਤਿਆਰ ਬੈਠੀ।